कोशिश करके देखो कोशिश कहने खरे बागा दे खरे बागा दे वी आई पी केले आयो भाई जान 120 रुपए दर्जन 120 रुपए दर्जन 200 दा 2.5 किलो अंब आयो भाई जान आयो अंब लाई दे आया रल बाजार ते भाई मेनू अंब लाई दे हां जी भाई जान आप ही क्या आजो भाजी हुकम तुसी आवाज मारी है ਭਾਈ ਜੀ ਸਾਰੇ ਲੋਕਾਂ ਨੂੰ ਬਾਤ ਮਾਰਨ ਨੇ ਤੁਸੀਂ ਸੁਣ ਕੇ ਆ ਕੇ ਲੈਣਾ ਦੱਸੋ ਜੀ ਕੇਲੇ ਵੀ ਅੰਬ ਵੀ ਆ ਤੁਸੀਂ ਕੀ ਲੈਣਾ ਦੇਖਣ ਆਏ ਆ ਅੰਬ ਦਾ ਕੀ ਰੇਟ ਆ ਅੰਬ ਭਾਈ ਜਾਨ ਨੇ ਦੱਸਿਆ ਵਾ 200 ਰੁਪਏ ਦਾ 2 ਕਿਲੋ ਆ ਕਿਲੋ ਕਿਨੇ ਦਾ ਕਿਲੋ 100 ਦਾ ਆਇਆ ਭਾਈ ਨੇ ਇੰਨਾ ਰੇਟ ਕਿਉਂ ਤਾਂ ਸਸਤਾ ਹੋ ਗਿਆ ਕੰਮ ਉਹ ਭਾਈ ਜਾਨ ਕੀ ਹੋਇਆ ਅੱਗੇ 250 ਰੁਪਏ ਕਿਲੋ ਵੇਖਦਾ ਸੀ ਹੁਣ 200 ਦਾ 2 ਕਿਲੋ ਸਸਤਾ ਦੇ ਹੋ ਗਿਆ ਅੱਲਾ ਵਾਸਤੇ ਦੇ ਦਈਏ ਤੁਹਾਨੂੰ ਹੁਣ ਕੇਲੇ ਕਿਦਾਂ ਲਾਏ ਕੇਲੇ ਭਾਈ ਜਾਨ ਸਿੱਧੇ ਕਰਕੇ ਲਾਏ ਆ ਅਖਬਾਰ ਦੇ ਉੱਤੇ ਲਾਏ ਆ ਇਹ ਜੂਤਾ ਮਾਰਨੇ 500 ਦਾ ਆਪਣਾ ਸੌਦਾ ਵੇਚਣ ਆਏ ਆ ਤੁਸੀਂ ਰੇਟ ਪੁੱਛੋ ਤੁਸੀਂ ਕਹੇ ਕਿਦਾਂ ਲਾਏ ਆ ਮੈਂ ਕਹਾਂ ਇਦਾਂ ਲਾਏ ਆ ਆ ਦੇਖੋ ਉੱਤੇ ਕੀ ਰੇਟ ਇਹਦਾ ਇਹਦਾ ਰੇਟ ਹੈਗਾ 100 ਰੁਪਏ ਦੇ ਦਰਜਨ 100 ਤੋਂ ਥੱਲੇ ਕੋਈ ਜਾਈ ਨਹੀਂ ਹੈਗੀ ਭਾਈ ਜਾਨ 100 ਦਾ ਹੁੰਦਾ ਕੀ ਅੱਜ ਕੱਲ 100 ਜੇ ਤੁਹਾਨੂੰ ਲਾਣ ਵੀ ਨਹੀਂ ਪੈਂਦਾ ਕੋਈ ਮੈਂ ਤੇਰੇ ਤੇ ਵਧਣਾ ਲੱਖ ਲਾਣ ਆਪ ਹੀ ਕੇ 100 ਦੀ ਲਾਣ ਨਹੀਂ ਕੋ ਪਾਉਂਦਾ ਦੱਸੋ ਲੈਣਾ ਕੀ ਆ ਕੇਲੇ ਕਰਨੇ ਕਿੰਨੇ ਕਿਲੋ ਕਰਨੇ ਆ ਬਾਗ ਆ ਚਾਚੇ ਦਾ ਤੁਹਾਡਾ ਆਪਣਾ ਚਾਚੇ ਮੇਰੇ ਦਾ ਅੱਛਾ ਕੇਲਿਆਂ ਦਾ ਤੇ ਫੇਰ ਕੀ ਕਰੀਏ ਹੁਣ ਅਸੀਂ ਆ ਸਾਰੀ ਬਾਜ਼ਾਰ ਚ ਕਿਹੜੇ ਅਸੀਂ ਦੇਈਦੇ ਨੇ ਮੰਡੀ ਸਾਡੀ ਆਪਣੀ ਤੇ ਅਸੀਂ ਆਪ ਸਾਰੇ ਕੇਲੇ ਦੇਈਦੇ ਬਾਜ਼ਾਰ ਦੇ ਵਿੱਚ ਤੁਹਾਨੂੰ ਅਸੀਂ ਪਹਿਲੀ ਵਾਰੀ ਵੇਖਿਆ ਇੱਥੇ ਉਹ ਅੱਗੇ ਬੋਲੀ ਲੱਗਦੀ ਪਰ ਤੁਹਾਨੂੰ ਕਦੇ ਵੇਖਿਆ ਤੇ ਨਹੀਂ ਉਹ ਦੇਖੋ ਇਹ ਵੀ ਲੱਗੀ ਹੋਈ ਆ ਬੋਲੀ ਉਹ ਟਰੱਕ ਖੜੇ ਆ ਹੁਣ ਤੁਸੀਂ ਮੈਨੂੰ ਦੇਖਿਆ ਕਰੋਗੇ ਹੈ ਆ ਗਿਆ ਮੈਂ ਇਸ ਬਾਜ਼ਾਰ ਤੇ ਤੁਸੀਂ ਮੈਨੂੰ ਦੇਖਿਆ ਕਰੋਗੇ ਹੁਣ ਚਲੋ ਭਾਈ ਤੁਹਾਡੇ ਕੋਲ ਲੈ ਲਿਆ ਕਰਾਂਗੇ ਤੇ ਤੁਸੀਂ ਸਾਡੇ ਕੋਲ ਖਰੀਦਿਆ ਕਰਨਾ ਕੇਲੇ ਹੋ ਗਏ ਆ ਅੰਬ ਤਾਂਬਿਆਦਾਰ ਭਾਈ ਕਿੱਥੇ ਬਾਗ ਹੈ ਕਿੱਥੇ ਆ ਬਾਗ ਲੱਗੇ ਹੀ ਆ ਆ ਬੈਟਰੀ ਵੀ ਸਾਡੇ ਕੋਲ ਚਾਰਜ ਕਰਾ ਲਿਆ ਕਰੋ ਚਾਰਜਰ ਵੀ ਸਾਡੇ ਘਰ ਪੇ ਬੈਟਰੀ ਵੀ ਅਸੀਂ ਚਾਰਜ ਕਰਦਿਆ ਕਰਾਂਗੇ ਬਾਗ ਦੇ ਵਿੱਚ ਬੈਟ ਚਾਰਜਰ ਵਾਲਾ ਵੀ ਨਿਜ਼ਾਮ ਰੱਖਿਆ ਹਾਂ ਬਾਗ ਦੇ ਵਿੱਚ ਸਾਰਾ ਕੁਝ ਰੱਖਿਆ ਉੱਥੇ ਆਪਣਾ ਟਰਾਂਸਫਾਰਮ ਰੱਖਿਆ ਵਾ ਲੋਕਾਂ ਨੂੰ ਬੈਟਰੀ ਚਾਰਜ ਕਰ ਕਰ ਦੇ ਦਈਆਂ ਮੋਟਰਸਾਈਕਲ ਵੀ ਸਹੀ ਕਰ ਦਿੰਦੇ ਨਹੀਂ ਉਹ ਨਹੀਂ ਸਹੀ ਕਰਦੇ ਮੈਂ ਬੈਟਰੀ ਰੱਖੀਆਂ ਚਾਹ ਮੋਟਰਸਾਈਕਲਾਂ 'ਚ ਵੀ ਪਾ ਦਿੰਦੇ ਆ ਨਹੀਂ 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 ਲੈਣਾ ਕੀ ਆ ਭਾਈ ਤੁਸੀਂ ਹੁਣ ਵੇਖ ਦੱਸੋ ਨਹੀਂ ਨਹੀਂ ਤੁਹਾਨੂੰ ਮੈਂ ਇਹ ਕਹਿਣ ਆਇਆ ਕਿ ਤੁਸੀਂ ਸਾਡੇ ਕੋਲ ਸਮਾਨ ਖਰੀਦਿਆ ਕਰੋ ਕੋਈ ਮਸਲਾ ਨਹੀਂ ਸਾਜ ਜੀ ਹਾਂ ਇਹੀ ਗੱਲ ਆ ਮਸਲਾ ਮੈਨੂੰ ਵੀ ਕੋਈ ਨਹੀਂ ਆ ਨਹੀਂ ਤੁਸੀਂ ਇੱਥੇ ਲਾਣੇ ਆ ਕਿ ਕਿਤੇ ਅੱਗੇ ਪਿੱਛੇ ਲਾਣੇ ਬੋਲੀ ਇਹ ਇਹ ਹੋਰ ਆ ਸਾਡਾ ਹੋਰ ਨਿਜ਼ਾਮ ਆ ਕਿੱਥੇ ਲਾਣੇ ਤੁਸੀਂ ਹਰੇ ਮੈਂ ਸਾਈਕਲ ਤੇ ਲੈ ਕੇ ਆਉਣਾ ਨਾ ਇੱਥੇ ਬਾਜ਼ਾਰ ਦੇ ਵਿੱਚ ਆ ਵੇਚਣ ਵਾਸਤੇ ਨਹੀਂ ਨਹੀਂ ਦੇਣ ਵਾਸਤੇ ਪਿੱਛੇ ਰੱਖਿਆ ਤਾਂ ਕ੍ਰੇਟ ਅੱਛਾ ਕ੍ਰੇਟ ਵਿੱਚ ਕੇਲੇ ਰੱਖੇ ਤਾਂ ਕਿਸੇ ਨੂੰ 2 ਦਰਜਨ ਚਾਹੀਦੇ ਕਿਸੇ ਨੂੰ 1 ਦਰਜਨ ਚਾਹੀਦੇ ਆ ਉਹ ਜਿਹੜੀ ਦਿੰਨਾ ਮੈਂ ਨਹੀਂ ਭਾਈ ਅਸੀਂ ਤਾਂ ਲੂੰਗਰ ਦੇ ਲੂੰਗਰ ਲਈਦੇ ਪੂਰੇ ਨਹੀਂ ਲੰਗਰ ਤਾਂ ਨਹੀਂ ਲਈਦਾ ਜੀ ਲੂੰਗਰ ਹੀ ਸਟਾਈਦੇ ਇਕੱਠੇ ਨਹੀਂ ਲੰਗਰ ਦਾ ਇੰਤਜ਼ਾਮ ਕੋਈ ਨਹੀਂ ਹੈਗਾ ਉਹ ਭਾਈ ਲੂੰਗਰ ਜਿੱਤੇ ਕੇਲੇ ਲੱਗੇ ਹੁੰਦੇ ਵੱਡਾ ਡੰਡਾ ਨਹੀਂ ਹੁੰਦਾ ਹਾਂ ਕਿ ਸਿਰ 'ਚ ਮਾਰ ਕੇ ਦੱਸਾਂ ਤੇ ਅੰਬ ਅੰਬ ਵੀ ਤੁਸੀਂ ਲੈਣੇ ਤਾਂ ਭਾਈ ਅੰਬ ਲੈਣੇ ਆ ਉਹ ਕਿਹੜਾ ਚੰਮਦੇ ਅੰਬ ਵੀ ਤੁਸੀਂ ਕਿਥੋਂ ਲੈਣੇ ਕਿਹਦੇ ਕੋਲ ਲੈਣੇ ਇਹ ਵੀ ਮੇਰੇ ਚਾਚੇ ਦਾ ਬਾਗ ਆ ਤੇ ਤੁਹਾਡਾ ਆਪਣਾ ਕੀ ਆ ਮੇਰਾ ਚਾਚਾ ਸਾਡਾ ਸਭ ਬਾਗ ਹੀ ਸਾਡਾ ਚਾਚਾ ਮਤਲਬ ਕਿ ਕੰਪਰੋਮਾਈਜ਼ ਕਰਦੇ ਪਾਰਟਨਰਸ਼ਿਪ ਤੇ ਬਾਗ ਹੀ ਸਾਡਾ ਨਾਲੇ ਚਾਚਾ ਦਾ ਕਹੀ ਜਾਣਾ ਮੈਂ ਸ਼ਾਮ ਨੂੰ ਉਹਨਾਂ ਨਾਲ ਇੱਥੇ ਬਾਜ਼ਾਰ ਦੇ ਵਿੱਚ ਤੇ ਦਿਨੇ ਵੀ ਆ ਜਾਇਆ ਕਰ ਪਾਬੰਦੀ ਦੇ ਉੱਤੇ ਪੈਸੇ ਦੇਣੇ ਕਿਸੇ ਦੇ ਸੂਰੇ ਦੀ ਧੁੱਪ ਬਹੁਤ ਚੁੱਭਦੀ ਹੈ ਨਾ ਓ ਮੋਇਸਚਰਾਈਜ਼ਰ ਹਾਂ ਉਹੀ ਉਹੀ ਤੇ ਫਿਰ ਮੈਂ ਕਿਹਾ ਸ਼ਾਮ ਨੂੰ ਨਿਕਲਿਆ ਕਰੀਏ ਬਾਜ਼ਾਰ 'ਚ ਤੇ ਲੋਕਾਂ ਨਾਲ ਗੱਲਬਾਤ ਕੀਤੀ ਸਾਈਕਲ ਤੇ ਜਿੱਥੇ ਮੈਂ ਇੱਕ ਕ੍ਰੇਟ ਰੱਖਿਆ ਤਾਂ ਚਲੋ ਦੂਸਰਾ ਵੀ ਰੱਖ ਲੈਂਦਾ ਬੰਦਾ ਉੱਥੇ ਚਲੋ ਕੋਈ ਨਹੀਂ ਕੱਲ ਹੀ ਤੇ ਨਹੀਂ ਲੈ ਗਏ ਨੇ ਬਿੱਲ ਭਰੇ ਹੁੰਦੇ ਲੈਣਾ ਭਾਈ ਕੋਈ ਨਹੀਂ ਪਰ ਅਸੀਂ ਤੇ ਲੂੰਗਰ ਹੀ ਲਈਦੇ ਆ ਲੂੰਗਰ ਲੈ ਆਇਆ ਕਰੋ ਤੁਸੀਂ ਕ੍ਰੇਟ ਦੀ ਜਗ੍ਹਾ ਪਹਿਲੇ ਕਿੱਥੋਂ ਲੈ ਕੇ ਆਉਂਦੇ ਆ ਸਮਾਨ ਪਹਿਲੇ ਪਹਿਲੇ ਤੇ ਭਾਈ ਜਾਨਾ ਅੰਬ ਜਿਹੜੇ ਅਸੀਂ ਚੌਂਸਾ ਵਾਏ ਸਿੰਧੋ ਆਂਦਾ ਅੱਛਾ ਉੱਥੇ ਅਸੀਂ ਲਗਾਈ ਦਾ ਅੰਦਰ ਦੇ ਉੱਤੇ ਭਾਈ ਸੁਭਾ ਸੁਭਾ ਆਂਦਾ ਵਾ ਪਹਿਲੇ ਤੁਹਾਨੂੰ ਮੇਰੇ ਕੋ ਆਉਣਾ ਪੈਣਾ ਉੱਥੇ ਬਾਗ ਬੂਗ ਦੇ ਵਿੱਚ ਬਾਗ ਹੈ ਕਿੱਥੇ ਤੁਹਾਡਾ ਤੁਹਾਨੂੰ ਦੱਸ ਦਿੰਨੇ ਆ ਬਾਗ ਦੱਸ ਦਿੰਨੇ ਕਿਹੜੀ ਚਲਦੀ ਜਾਣਾ ਕਿਤੇ ਨਹੀਂ ਨਹੀਂ ਅਜੇ ਤੱਕ ਕੰਮ ਸਟਾਰਟ ਹੋਇਆ ਵਾ ਕੋਈ ਮਸਲਾ ਕੇਲਾ ਖਾਓਗੇ ਨਹੀਂ ਨਹੀਂ ਭਾਈ ਨਹੀਂ ਮਿਹਰਬਾਨੀ ਸ਼ੁਕਰੀਆ ਆ ਵੀ ਖਰਾਬ ਸੀਗਾ ਜ਼ਾਇਆ ਛੱਡਣਾ ਸੀ ਨਹੀਂ ਉਧਰ ਰੱਖ ਲਓ ਉਧਰ ਕਿਤੇ ਕੰਮ ਆਉਂਦਾ
ਪਹਿਲੇ ਤੁਸੀਂ ਮੇਰੇ ਕੋਲ ਉੱਥੇ ਆਓ ਨਾ ਆਪਣੇ ਬਾਗ ਬੂ ਦੇ ਵਿੱਚ ਆਪਣੇ ਆ ਕੇ ਮੇਰੇ ਸਾਰੇ ਬੂਟੇ ਛੁੱਟੇ ਦੇਖੋ ਮੇਰਾ ਬਾਗ ਦੇਖੋ ਠੀਕ ਹੈ ਜੀ ਬਾਗ ਮਤਲਬ ਕਿ ਬਹੁਤ ਵੱਡਾ ਬਾਗ ਕਿ ਬਾਗ ਤਾਂ ਪਹਿਲੀ ਆ ਕਿ ਮਰਲੇ ਮਤਲੇ ਬਾਗ ਮਰੱਬਿਆਂ ਚ ਹੁੰਦਾ ਵਾ ਅੱਛਾ ਅੱਛਾ ਖੁੱਲੇ ਇਲਾਕੇ ਆ ਠੀਕ ਹੈ ਜੀ ਤੇ ਉੱਥੇ ਆਓ ਤੁਸੀਂ ਮੇਰੇ ਕੋਲ ਸਮਾਨ ਖਰੀਦਣਾ ਖੁੱਲੇ ਇਲਾਕੇ ਆ ਹਾਂ ਰੇਗਿਸਤਾਨ ਚ ਤੇ ਨਹੀਂ ਆ ਠੰਡੇ ਤੇ ਖੁੱਲੇ ਇਲਾਕੇ ਆ ਚਲੋ ਤੇ ਇੱਕ ਵਾਰ ਤੁਸੀਂ ਉੱਥੇ ਆਏ ਨਾ ਮੇਰੇ ਕੋਲ ਠੀਕ ਹੈ ਜੀ ਤੇ ਅਗਲੀ ਵਾਰੀ ਮੈਂ ਆਪ ਹੀ ਤੁਹਾਨੂੰ ਦੱਸ ਕੇ ਅੱਜ ਤੁਹਾਨੂੰ ਆਰਡਰ ਲੈ ਕੇ ਆ ਜਾ ਕਰਾਂਗਾ ਤੁਹਾਡੇ ਮੈਂ ਕਿਹਾ ਜੀ ਓਕੇ ਹੋ ਗਿਆ ਹੁਣ ਸਵੇਰੇ ਮਾਲ ਤੁਸੀਂ ਲੈਣਾ ਆਉਂਗੇ ਮੇਰੇ ਕੋਲ ਕਿੱਥੇ ਆਉਣਾ ਪੈਣਾ ਮਾਲ ਤੁਸੀਂ ਕੇਲੇ ਚੱਕਣਾ ਕਿੰਨਾ ਮੇਰੇ ਕੋਲ ਕੇਲਾ ਭਾਣ ਕੇਲੇ ਜਿੰਨਾ ਤੁਹਾਡੇ ਕੋਲ ਹੋਇਆ ਕੋਈ 7-8 ਲੰਗਰ ਚਕਾ ਦਿਓ ਮੈਨੂੰ ਕੋਈ ਟੈਨਸ਼ਨ ਨਹੀਂ ਪਹਿਲੇ ਤੁਸੀਂ ਮੇਰੇ ਨਾਲ ਕੰਮ ਕਰਨ ਲੱਗੇ ਪਹਿਲੇ ਨਾ ਤੁਸੀਂ ਇਦਾਂ ਕਰੋ ਕਿ ਸਵੇਰੇ ਆਓ ਤੁਸੀਂ ਪਹਿਲੇ ਮੇਰੇ ਕੋਲ ਉੱਥੇ ਮੇਰੇ ਬਾਗ ਦੇ ਵਿੱਚ ਠੀਕ ਹੈ ਜੀ ਪਹਿਲੇ ਸਿਰ ਤਾਂ ਦਵਾਂਗੇ 2 ਦਰਜਣਾ ਆਪਣੇ ਖਾਣ ਵਾਸਤੇ ਲੈਣੀ ਨਹੀਂ ਨਹੀਂ ਵੇਚਣ ਵਾਸਤੇ ਵੇਚਣ ਵਾਸਤੇ 2 ਦਰਜਣਾ 2 ਦਰਜਣਾ ਉਹ ਭਾਈ 2 ਦਰਜਣਾ ਜੇ ਅਸੀਂ ਮੰਗਣਾ ਨਹੀਂ ਦੇ ਦਿੰਦੀ ਉਦਾਂ ਨਹੀਂ ਨਹੀਂ ਕਰਨੀ ਵੇ ਆ ਲੰਗਰ ਗੱਲ 2 ਲੰਗਰ ਗਏ ਨਹੀਂ ਨਹੀਂ ਤੇ ਦਰਜਾ ਤਾਂਗਾ ਕਿਉਂਕਿ ਮੇਰਾ ਕੰਮ ਅੱਛਾ ਹੈਗਾ ਸਾਡਾ ਕੇਲਾ ਤੁਹਾਡਾ ਨਾਲੇ ਮਿਆਰੀ ਕੇਲੇ ਨਾਲੇ ਮਿਆਰੀ ਆਮੂ ਮੂ ਰੱਖੇ ਆ ਕਿ ਡਾਡਾ ਦਾ ਕੇਲਾ ਵਾ ਤੁਹਾਡਾ ਕੀ ਕੋਪੀ ਹੈ ਠੀਕ ਹੈ ਭਾਈ ਬਾਗ ਦੱਸੋ ਤੇ ਸਹੀ ਕਿੱਥੇ ਹੈ ਤੁਹਾਡਾ ਬਾਗ ਇੱਥੇ ਲੱਗ ਗਈ ਹੈ ਤੁਸੀਂ ਸਵੇਰੇ ਹੁਣ ਮੈਂ ਮੋਟਰਸਾਈਕਲ ਤੇ ਆਉਂਗਾ ਮੇਰੇ ਕੋ ਕਿ ਕਾਤੇ ਆਉਂਗੇ ਪਹਿਲੇ ਦੱਸੋ ਭਾਈ ਜਾਨ ਮੋਟਰਸਾਈਕਲ ਤੇ ਨਹੀਂ ਮਾੜੇ ਬੰਦੇ ਆ ਤੁਸੀਂ ਦੱਸ ਦਿਓ ਮੈਂ ਰਕਸ਼ੇ ਤੇ ਆ ਜਾਗਾ ਬਾਗ ਮੇਰਾ ਹੈਗਾ ਕਰਾਚੀ ਇੱਥੇ ਹੀ ਲੈਣਾ ਹੈ ਇੱਥੇ ਮੈਂ ਆਰਡਰ ਲੈਣ ਆਇਆ ਵਾਂ ਬਾਗ ਦਾ ਕਰਾਚੀ ਦਾ ਆਰਡਰ ਇੱਥੇ ਕੋਲ ਵਾਲੇ ਲੈਣਾ ਹੈ ਬਾਗ ਕੋਲ ਆਰਡਰ ਕਰ ਲੈਣਾ ਹੈ ਕਿਰਾਇਆ ਲਾ ਕੇ ਆਏ ਕਿ ਤੁਹਾਲਾ ਵਾਸਤੇ ਆਏ ਆ ਨਹੀਂ ਰਾਹ ਚ ਲੋਕਾਂ ਕੋ ਆਰਡਰ ਲੈਂਦਾ ਆਇਆ ਨਾ ਮੈਂ ਤੁਰ ਕੇ ਆਇਆ ਤੁਰ ਕੇ ਆਇਆ ਤੁਸੀਂ ਸਵੇਰੇ ਆਓ ਨਾ ਮੇਰੇ ਕੋ ਉੱਥੇ 2 ਦਰਜਣਾ ਲਵੋ ਕੇਲੇ ਇੱਥੋਂ ਨਾ ਜਾਵਾ ਕੁੜਿਆਂ ਨੂੰ ਕੋਈ 7-8000 ਕਰਾਇਆ ਲਾ ਕੇ ਤੇ ਦੇਖੋ 2 ਦਰਜਣਾ ਮੈਂ ਕੇਲੇ ਚ ਲਾਵਾਂ 2 ਦਰਜਣਾ ਅੰਬ ਵੀ ਲੈ 1.5 ਕਿਲੋ ਨਹੀਂ ਤੂੰ ਕੀ ਸਮਝਦਾ ਮੇਰੇ ਸਿਰ ਦੇ ਵਿੱਚ ਕਿਲੋ ਦਾ ਵੱਟਾ ਵਜਾ ਅੰਬਾਂ ਦੀ ਪੇਟੀ ਵੱਜੀ ਹੈ ਪਾਗਲ ਲੱਗਣਾ ਤੈਨੂੰ ਮੈਂ ਕਿਵੇਂ ਆ ਤੂੰ ਮੈਨੂੰ ਇੱਥੋਂ ਕਰਾਇਆ ਲਾ ਕੇ ਮੈਂ ਤੈਨੂੰ ਕਰਾਚੀ ਦੇ ਕੋ 2 ਦਰਜਣਾ ਕੇਲੇ ਦੇ ਲੈਣ ਜਾਵਾਂ ਇੱਥੇ ਮੈਂ ਜਿਹੜਾ 7-8000 ਕਰਾਇਆ ਲਾਣਾ ਵਾ ਬਾਗ ਦਾ 7-8 ਮੇਰੀ ਕੇਟੀ ਬਣ ਜਣੀ ਬਾਗ ਨਾ ਮੇਰਾ ਤੇ ਬਾਗ ਤੇਰਾ ਵਾ ਤੂੰ ਕਰਾਚੀੋਂ ਆਰਡਰ ਲਿਆ ਤੂੰ ਇੱਥੇ ਆਰਡਰ ਲੈਣ ਆ ਗਿਆ ਤੁਸੀਂ ਆ ਜਾਣਾ ਵਾ ਹਿੰਮਤ ਕਰੋ ਤੁਸੀਂ ਭਾਈ ਅਸੀਂ ਨਹੀਂ ਆਣਾ ਤੇ ਮੇਰਾ ਭਰਾ ਤੋਂ ਰਾਹ ਛੱਡ ਕੋਈ ਗਾਹ ਗੂ ਗਾਉਂਦੇ ਬੈਟਰੀ ਵੀ ਚਾਰਜ ਕਰਾ ਲਿਆ ਤੁਸੀਂ ਉੱਥੇ ਆ ਕੇ ਭਾਈ ਬੈਟਰੀ ਇੱਥੇ ਚਾਰਜ ਕਰਦੀ ਆ ਨਾਲ ਦੁਕਾਨ ਆ ਸੀ ਇੱਕ ਮਿੰਟ ਚ ਬੈਟਰੀ ਚਾਰਜ ਕਰਾ ਲਈਦੀ ਆ ਕੋਸ਼ਿਸ਼ ਕਰਿਓ ਤੁਸੀਂ ਆ ਜਾਣਾ ਵਾ ਭਾਈ ਕੋਸ਼ਿਸ਼ ਕਰਨੀ ਨਹੀਂ ਮੇਰੀ ਲੱਤ ਲੰਗੜੀ ਆ ਮੇਕੋ ਤੋਰੀ ਨਹੀਂ ਹੁੰਦਾ ਸਾਈਡ ਤੇ ਆ ਨਹੀਂ ਸਵੇਰੇ ਸਾਈਕਲ ਤੇ ਆਉਂਗਾ ਕਿ ਮੋਟਰਸਾਈਕਲ ਤੇ ਆਉਂਗਾ ਭਾਈ ਮੈਂ ਆਣਾ ਨਹੀਂ ਤੈਨੂੰ ਕਹਿਣ ਲਿਆ ਤੂੰ ਫੇਰ ਉਹੀ ਕੰਮ ਕਰੀ ਜਾਂਦੇ ਆ ਪਾਗਲ ਸਮਝਿਆ ਵਾ ਸਾਈਡ ਤੇ ਹੋ ਕੋਈ ਗਾਹ ਆਂਦੇ ਇਹ ਬਾਤ ਅਜੀਬ ਸ਼ਖਸ ਆ ਯਾਰ ਤੂੰ ਇਹ ਵਾ ਕਿ ਚਲੋ ਅੱਧਾ ਕਿਲੋ ਅੰਬ ਵਾਧ ਦੇ ਦਾਂਗੇ ਤੁਹਾਨੂੰ ਉਹ ਭਾਈ ਅੱਧਾ ਕਿਲੋ ਅੰਬ ਵਾਧੇ ਦੋ ਪੇਟੀਆਂ ਵੀ ਵਾਧ ਦੇ ਦਵੇ ਤਾਂ ਮੈਂ ਨਹੀਂ ਆਣਾ ਨਹੀਂ ਕੋਸ਼ਿਸ਼ ਕਰੋ ਨਾ ਤੁਸੀਂ ਆਏ ਨਾ ਵਾ ਉਹ ਭਾਈ ਮੈਂ ਆਣਾ ਹੀ ਨਹੀਂ ਜਾ ਕੰਮ ਕਰ ਜਾ ਲੋ ਸਾਈਡ ਤੇ ਹੋ ਕੇ ਗਾਹ ਆਂਦੇ ਯਾਰ ਨਾ ਤੈਨੂੰ ਤੰਗ ਕਰ ਸ਼ਾਮ ਦਾ ਟਾਈਮ ਘਰ ਵੀ ਜਾਣਾ ਸੀ ਜਿਲਾ ਪੈਸੇ ਆ ਮੁੰਡਾ ਨਾਲ ਰੱਖਿਆ ਵਾ ਹਾਂਜੀ ਹੈਲਪਰ ਨਹੀਂ ਨਹੀਂ ਭਾਈ ਆਪਣਾ ਛੋਟਾ ਮੈਂ ਫਿਰ ਉਸਤਾਦ ਰੱਖਿਆ ਤੂੰ ਆਪਣੇ ਨਾਲ ਇੱਥੇ ਨਹੀਂ ਭਾਈ ਆਪਣਾ ਅੱਛਾ ਉਹ ਭਾਈ ਅਸੀਂ ਨਹੀਂ ਲੈਣ ਆਣਾ ਯਾਰ ਤੇ ਮੇਰਾ ਭਰਾ ਤੂੰ ਸਾਈਡ ਤੇ ਯਾਰ ਤੇਰੀ ਫੇਰ ਬੰਨੀ ਹੈ ਸਾਨੂੰ ਇੱਥੇ ਮਿਲਦਾ ਪਿਆ ਭਾਈ ਇੱਥੇ ਤੇ ਜਾਂਦਾ 7-8 ਦਾ ਨਹੀਂ ਨਹੀਂ ਕੱਲ ਮੈਂ ਨਾ ਕੀਤੀ ਮੇਰਾ ਟਾਈਮ ਵੇਲ ਤੋਂ ਕਰਾਚੀ ਤੇ ਆਉਣਾ ਪੈਣਾ ਹੀ ਆ ਉਹ ਭਾਈ ਕਰਾਚੀ ਮੇਰੀ ਭੂਆ ਦਾ ਘਰ ਆ ਤਾਂ ਮੈਂ ਕਰਾਚੀ ਆ ਸਾਈਡ ਤੇ ਯਾਰ ਮਿਹਰਬਾਨੀ ਤੇਰੀ ਨਾ ਤੰਗ ਆ ਰਹਾਂ ਵੀ ਤੰਗ ਨਹੀਂ ਮੈਂ ਕਰਨੇ ਆ ਓ ਯਾਰ ਕਾਮੀ ਦਾ ਟਾਈਮ ਆ ਨਾ ਨੈਸ਼ੀ ਬਾ ਇੱਧਰ ਹੋ ਜਾ ਯਾਰ ਆ ਤੁਹਾਨੂੰ ਪਾਣ ਪੈਣਾ ਹੀ ਆ ਕਿ ਹੁਣ ਮੇਰਾ ਟਾਈਮ ਹੋ ਰਿਹਾ ਪੈਣਾ ਵਾ ਤੂੰ ਮੈਂ ਪਿੱਛੇ ਵੀ ਲੋਕਾਂ ਨਾਲ ਗੱਲਾਂ ਕੀਤੀਆਂ ਵਾ ਉਹਨਾਂ ਨੇ ਵੀ ਖਪਾ ਗਏ ਆ ਖਪਾ ਕੇ ਨੇ ਸਭ ਨੇ ਹੁਣ ਤੂੰ ਵੀ ਆ ਜੀ ਨਾਲ ਮੈਂ ਕਿਹਾ ਚਲੋ ਭਾਈ ਮੈਂ ਨਹੀਂ ਆਣਾ ਹੈਗਾ ਇੱਧਰ ਸਾਈਡ ਤੇ ਉਹ ਗਾਹ ਗਾਉਂਦੇ ਯਾਰ ਅੱਗੇ ਤੂੰ ਭਾਈ ਚਲੋ ਲਿਆਉਣਾ ਪੈਸੇ ਫੜਾਉਣਾ ਮੇਰਾ ਭਰਾ ਕਾਦੇ ਅੜਾ ਸਵੇਰੇ ਤੁਸੀਂ ਸਮਾਨ ਲੈਣ ਆਉਣਾ ਮੇਰੇ ਕੋਲ ਕਾਦੇ ਮੈਂ ਆਪਣੇ ਘਰ ਦਿੱਤੇ ਮੈਨੂੰ ਤੂੰ ਲਿਆਉਣਾ ਪੈਸੇ ਦੋ ਤੁਸੀਂ ਭਾਈ ਪੈਸੇ ਹੈ ਹੀ ਕੋਈ ਨਹੀਂ ਮੈਂ ਆਪ ਮੰਗ ਸਾਰਾ ਕਰਨ ਲਿਆ ਸਾਈਡ ਤੇ ਆ ਯਾਰ ਤੁਸੀਂ ਕੋਸ਼ਿਸ਼ ਕਰਿਓ ਤੁਸੀਂ ਆ ਜਾਣਾ ਵਾ ਨਾ ਭਾਈ ਕੋਸ਼ਿਸ਼ ਮੈਂ ਕਰਨੀ ਹੀ ਨਹੀਂ ਆ ਮੈਂ ਰੇੜੀ ਲਾਣੀ ਛੱਡ ਦੇਣੀ ਆ ਸਾਈਡ ਤੇ ਆ ਤੂੰ ਚਲੋ ਸਾਈਡ ਤੇ ਹੋ ਕੇ ਤੁਸੀਂ ਆ ਜਾਓ ਨਾ ਫੇ ਮੇਰਾ ਭਰਾ ਓ ਯਾਰ ਕਾਕੀ ਆਂਦੇ ਤੇਰੀ ਮਿਹਰਬਾਨੀ ਜਾ ਸਾਈਡ ਤੇ ਐਵੇਂ ਨਾ ਦਿਮਾਗ ਖਰਾਬ ਕਰ ਤੇ ਮਿਹਰਬਾਨੀ ਤੇਰੀ ਅੰਬ ਕਿੰਨੇ ਦੇ ਓ ਦੱਸੋ ਅੰਬ ਕਿੰਨਾ ਅੰਬ ਦੱਸ ਯਾਰ ਕੀ 200 ਰੁਪਏ ਕਿਲੋ ਕ੍ਰੀਏਟ ਲਿਸਟ ਉਸ ਕੋ ਉਹਦੇ ਕੋ ਫੜੀ ਆ ਉਹਨੂੰ ਦੱਸਣ ਵਾਸਤੇ ਰੱਖਿਆ ਮੈਂ ਤੇ ਤੋਲ ਕੇ ਦੇਣੇ ਆ ਯਾਰ ਉਹ ਤੋਂ ਲੈਣਾ ਕੀ ਹੈ ਕੁਛ ਨਹੀਂ ਮੈਨੂੰ ਪੈਸੇ ਦੇਣੇ ਸਵੇਰ ਤੋਂ ਸਮਾਨ ਲਿਆ ਭਾਈ ਪੈਸਾ ਹੈ ਹੀ ਕੋਈ ਨਹੀਂ ਵੱਟਿਆ ਹੀ ਕੋਈ ਨਹੀਂ ਮੈਂ ਆਇਆ ਜਾਂ ਘਰੋਂ ਸਾਈਡ ਤੇ ਹੋਇਆ ਮਿਹਰਬਾਨੀ ਤੇਰੀ ਕੋਸ਼ਿਸ਼ ਕਰਕੇ ਦੇਖੀ ਨਾ ਤੂੰ ਭਾਈ ਨਹੀਂ ਕੋਸ਼ਿਸ਼ ਕਰਨੀ ਮੈਂ ਤੇਰੇ ਵੱਟਾ ਮਾਰਦਾ ਜਿਹੜੀ ਰਾਹ ਸਾਈਡ ਤੇ ਆ ਮੈਂ ਅੱਗੇ ਬਹੁਤ ਖਰ ਦਿਮਾਗ ਦਾ ਬੰਦਾ ਵਾਂ ਸਾਈਡ ਤੇ ਆ ਯਾਰ ਤੇਰੀ ਮਿਹਰਬਾਨੀ ਆ ਕੇਲੇ ਤੇ ਅੰਬ ਤੇ ਸਵੇਰੇ ਮੈਂ ਤੁਹਾਡੇ ਪੈਕ ਕਰਦਾ ਉਹ ਭਾਈ ਮੈਂ ਸਵੇਰ ਨੂੰ ਸੇਵ ਲਾਣੇ ਸ਼ੁਰੂ ਕਰ ਦੇਣੇ ਆ ਸਾਈਡ ਤੇ ਹੋ ਤੂੰ ਮੇਰਾ ਭਾਈ ਸਾਈਡ ਤੇ ਕਿੱਥੇ ਜਾਣਾ ਉਹ ਭਾਈ ਉਹ ਕਿਤੇ ਅੱਗੇ ਜਾ ਕੇ ਰੇੜੀ ਕੋਲ ਆਰਡਰ ਲੈ ਕੇ ਆ ਇੱਧਰ ਲੈਣ ਤਾਂ ਪਿੱਛੋਂ ਸਾਰਾ ਆਰਡਰ ਕਿਹੜਾ ਆਰਡਰ ਲਿਆ ਮੈਂ ਕੋਰਟ ਦੇ ਆਰਡਰ ਲਿਆ ਆ ਤੂੰ
कोशिश करके तो देखियो कोशिश कोशिश मैं हड चढ़ोनी देखो केले लगे दूरों लैन आई 300 300 लिया कराची शरबत ला लाना मेरा भरा समान लेना मेरा भरा जा काम कर जा अपना चार्जर बैटरी तक चार्जर भी लाकर बैटरी मैं उदा ही छेड़ देनी कल जा मेरा भरा पैसे दो इधर लिया के गल्ला इधर पे पैसे मेरा भरा